ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਸਵਾਰੀ ਸਾਧ ਸੰਗਤ ਜੀ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਲੋਂ ਬਖਸ਼ਿਸ਼ ਕੀਤੀਆਂ ਖਾਲਸੇ ਪੰਥ ਨੂੰ 101 ਅਰਦਾਸਾਂ, ਜਿਹਦੇ ਵਿੱਚ ਇਉਂ ਸਮਝੀਏ ਕਿ ਸਮੁੱਚੇ ਸਿੱਖ ਜਗਤ ਦੇ ਅੰਦਰ ਕੋਈ ਕਿਤੇ ਦਾ ਵੀ ਰਹਿਣ ਵਾਲਾ, ਕਿਤੇ ਦਾ ਵੀ ਵਾਸੀ, ਕੋਈ ਵੀ ਸਿੱਖ ਹੈ, ਕਿਸੇ ਵੀ ਕੰਮ ਨਾਲ ਸੰਬੰਧ ਰੱਖਦਾ, ਕਿਸੇ ਵੀ ਵਰਣ ਦਾ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਜਾਂ ਦੁਨੀਆਂ ਦੇ ਚਾਰ ਪਦਾਰਥਾਂ 'ਚੋਂ ਧਰਮ, ਅਰਥ, ਕਾਮ, ਮੋਕਸ਼, ਕਿਸੇ ਦੇ ਵੀ ਸੰਬੰਧ ਦੇ ਅੰਦਰ ਗੁਰੂ ਕੇ ਸਿੱਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ, ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ, ਉਹ ਕਿਵੇਂ ਕਰਨੀ ਹੈ। ਇਹ ਕਲਗੀਧਰ ਮਹਾਰਾਜ ਜੀ ਨੂੰ ਉਜੈਨ ਦੇ ਰਹਿਣ ਵਾਲੇ ਇੱਕ ਬਿਸੰਬਰਦਾਸ ਨਾਮੇ ਸਿੱਖ ਨੇ ਬੇਨਤੀ ਕੀਤੀ ਹੈ। ਜਦੋਂ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਕੀਤੀ ਅਤੇ ਸਤਿਗੁਰੂ ਜੀ ਕਿਰਪਾ ਕਰਕੇ ਆਪ ਦੱਸੋ ਕਿ ਅਰਦਾਸ ਕਿਵੇਂ ਕਰੀਏ, ਕਿਹੜੇ ਕਿਹੜੇ ਵੇਲੇ ਕਰਨੀ ਚਾਹੀਦੀ, ਗੁਰੂ ਕਲਗੀਧਰ ਜੀ ਨੇ ਸਾਧ ਸੰਗਤ ਜੀ ਫਿਰ 101 ਅਰਦਾਸਾਂ ਦੱਸੀਆਂ। ਮਤਲਬ ਉਹਨਾਂ ਨੇ ਪਹਿਲਾਂ ਨਹੀਂ ਸੀ ਦੱਸਿਆ ਵੀ 101 ਹੁੰਦੀਆਂ ਨੇ, ਉਹ ਦੱਸਦੇ ਗਏ ਕਿ ਇਸ ਵੇਲੇ ਵੀ ਕਰਿਆ ਕਰੋ, ਇਸ ਟਾਈਮ ਵੀ ਅਰਦਾਸ ਕਰਿਆ ਕਰੋ, ਇਸ ਟਾਈਮ ਵੀ ਕਰਿਆ ਕਰੋ। ਜਦੋਂ ਵਿਦਵਾਨਾਂ ਨੇ ਬਾਅਦ ਵਿੱਚ ਉਹ ਗਿਣੀਆਂ ਅਤੇ ਫਿਰ ਉਹਨਾਂ ਦੀ ਗਿਣਤੀ 101 ਅਰਦਾਸ ਹੋ ਗਈ। ਇਹ ਭਰਮ ਵਿੱਚ ਵੀ ਨਾ ਪੈ ਜਾਣਾ, ਕੋਈ ਕਿਤੇ ਕੋਈ ਭਰਮ ਵਿੱਚ ਪੈ ਜਾਏ ਕਿ 101 ਅਰਦਾਸ, 101 ਕੋਈ ਗਿਣਤੀ ਦਾ ਹੀ ਲੈ ਲਵੇ ਇਸ ਚੀਜ਼ ਨੂੰ। ਗੁਰੂ ਜੀ ਨੇ ਦੱਸੀਆਂ ਉਹ ਗਿਣਤੀ ਵਿੱਚ 101 ਹੋ ਗਈਆਂ। ਗੁਰੂ ਜੀ ਨੇ ਗਿਣਤੀ ਪੂਰੀ ਕਰਨ ਵਾਸਤੇ ਅਰਦਾਸਾਂ ਨਹੀਂ ਸੀ ਦੱਸੀਆਂ ਵੀ ਮੈਂ ਅਰਦਾਸਾਂ ਦੱਸੀ ਜਾਵਾਂ, ਕਿਉਂਕਿ 101 ਗਿਣਤੀ ਪੂਰੀ ਕਰਨੀ ਹੈ, ਐਸਾ ਨਹੀਂ ਸੀ। ਸੋ ਇਸ ਤਰੀਕੇ ਦੇ ਨਾਲ ਗੁਰੂ ਜੀ ਨੇ ਜਿਹੜੀਆਂ ਦੱਸੀਆਂ ਨੇ ਅਰਦਾਸਾਂ, ਉਹਨਾਂ ਦਾ ਆਪਾਂ ਹੌਲੀ ਹੌਲੀ ਹਰ 2-4 ਦਿਨਾਂ ਬਾਅਦ ਜਦੋਂ ਵੀ ਸਮਾਂ ਲੱਗਦਾ ਹੈ ਆਪਾਂ ਸੰਗਤ ਦੇ ਨਾਲ ਸਾਂਝ ਪਾਉਂਦੇ ਹਾਂ। ਪਿਛਲੇ 4 ਭਾਗਾਂ ਵਿੱਚ ਆਪਾਂ ਗੁਰੂ ਕਲਗੀਧਰ ਜੀ ਵੱਲੋਂ ਦੱਸੀਆਂ ਗਈਆਂ ਅਰਦਾਸਾਂ ਦੇ ਵਿੱਚੋਂ 70 ਅਰਦਾਸਾਂ ਤੱਕ ਪਹੁੰਚੇ ਹਾਂ। ਅੱਜ 71ਵੀਂ ਅਰਦਾਸ ਆਪਾਂ ਆਰੰਭ ਕਰਨ ਲੱਗੇ ਹਾਂ। ਸੰਗਤ ਨੂੰ ਬੇਨਤੀ ਹੈ ਕਿ ਆਪ ਵੀ ਜੁੜੋ, ਆਪਣੇ ਜਿਤਨੇ ਵੀ ਗੁਰਮੁਖ ਮਿੱਤਰ ਦੋਸਤ ਨੇ ਉਹਨਾਂ ਨੂੰ ਵੀ ਸਾਂਝੀ ਕਰੋ, ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਗੁਰੂ ਕੀ ਸੰਗਤ ਲਾਹਾ ਲੈ ਸਕੇ ਜੀ। ਆਓ ਗੁਰਸੰਗਤ ਜੀਓ, ਅੱਗੇ ਅਰਦਾਸ ਦੀ ਆਰੰਭਤਾ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 71 ਲੜਾਈ ਮੈਂ ਸੁੱਖ 60 ਦਿਨ ਰਾਤ 8 ਦਿਨ ਮੈਂ। ਅੱਗੇ ਕਲਗੀਧਰ ਮਹਾਰਾਜ ਜੀ ਨੇ 70 ਤੋਂ ਬਾਅਦ 71ਵੀਂ, ਕਿਉਂਕਿ ਹੁਣ ਗਿਣਤੀ ਹੈ, ਇਹ ਅਰਦਾਸ ਮਹਾਰਾਜ ਨੇ ਦੱਸੀ ਕਿ ਲੜਾਈ ਮੈਂ। ਪੁਰਾਤਨ ਸਮਿਆਂ ਵਿੱਚ ਸਿੰਘਾਂ ਨੂੰ ਜੰਗਾਂ ਯੁੱਧਾਂ ਵਿੱਚ ਜਾਣਾ ਪੈਂਦਾ ਸੀ। ਜਦੋਂ ਜੰਗ ਯੁੱਧ ਵਿੱਚ ਜਾਵੇ ਉਦੋਂ ਅਰਦਾਸ ਕਰੇ। ਹੁਣ ਵੀ
ਕੋਈ ਵੀ ਕੋਈ ਇਹ ਤਾਂ ਨਹੀਂ ਵੀ ਇਕੱਲਾ ਸ਼ਸਤਰਾਂ ਨਾਲੇ ਲੜਨਾ, ਬਹੁਤ ਸਾਰੇ ਤਰ੍ਹਾਂ ਦੀ ਲੜਾਈ ਬੰਦਾ ਰੋਜ਼ ਨਿੱਤ ਨਵੀਂ ਲੜਾਈਆਂ ਲੜਦਾ। ਕਿਤੇ ਬੰਦੇ ਨੂੰ ਮਾਨਸਿਕ ਤੌਰ 'ਤੇ ਲੜਨਾ ਪੈਂਦਾ, ਸਰੀਰਕ ਤੌਰ 'ਤੇ ਲੜਨਾ ਪੈਂਦਾ, ਕਈ ਵਾਰੀ ਆਰਥਿਕ ਪੱਖ 'ਤੇ ਲੜਨਾ ਪੈਂਦਾ, ਬਹੁਤ ਸਾਰੀਆਂ ਗੱਲਾਂ ਨੇ। ਪੁਰਾਤਨ ਸਮੇਂ ਵਿੱਚ ਤਾਂ ਪ੍ਰਤੱਖ ਲੜਾਈ ਵੀ ਹੁੰਦੀ ਸੀ, ਔਰ ਇਹ ਪ੍ਰਤੱਖ ਲੜਾਈਆਂ ਨੇ ਜਿਹੜੀਆਂ ਹੁਣ ਵੀ ਕਿਤੇ ਖਤਮ ਨਹੀਂ ਹੋ ਜਾਣ ਲੱਗੀਆਂ। ਸਿੰਘਾਂ ਨੂੰ ਸਮੇਂ ਸਮੇਂ ਇਹਨਾਂ ਦੇ ਨਾਲ ਵਾਹ ਪੈਂਦਾ ਰਿਹਾ ਹੈ। ਜਦੋਂ ਜੰਗਾਂ ਯੁੱਧਾਂ ਨੂੰ ਜਾਣਾ, ਉਦੋਂ ਆਪਣੇ 'ਤੇ ਮਾਣ ਨਹੀਂ ਕਰਨਾ ਵੀ ਮੈਂ ਬਹੁਤ ਵੱਡਾ ਯੋਧਾ, ਮੈਂ ਬਹੁਤ ਵੱਡਾ ਬਲਵਾਨ ਹਾਂ, ਮੈਂ ਮਹਾਰਥੀ ਹਾਂ, ਮੈਂ ਤਾਂ ਵੱਡਾ ਸੂਰਮਾ ਹਾਂ ਨਾ। ਅਰਦਾਸ ਕਰੀਏ ਆਪਣੇ ਗੁਰੂ ਦੇ ਅੱਗੇ, ਕੀ ਕਰੀਏ, ਦਿਨ ਰਾਤ ਸੁੱਖ ਸਾਂਠ, ਆਠ ਦਿਨ ਮੈਂ, ਦਿਨ ਦੇ ਅੱਠੇ ਪੈਰ, ਦਿਨ ਅਤੇ ਰਾਤ ਕਿਰਪਾ ਵਰਤਾਉਣੀ ਆਪ ਨੇ, ਸੁੱਖਾਂ ਨਾਲ ਸਾਂਠ ਕੇ ਮੇਰੀ ਸੰਧੀ ਬਣਾਈ ਰੱਖਣੀ, ਮੇਰੇ 'ਤੇ ਸੁੱਖ ਵਰਤਾਉਣੀ, ਜੰਗ ਵਿੱਚ ਵੀ ਜਾਵਾਂ, ਮੇਰੇ 'ਚ ਕੀ ਤਾਕਤ ਹੈ, ਮੇਰੇ 'ਚ ਕੀ ਬਲ ਹੈ, ਮੇਰੇ 'ਚ ਕੋਈ ਤਾਕਤ ਨਹੀਂ ਆ। ਜੇ ਬੰਦਾ ਆਪਣੇ ਬਲ ਨਾਲ ਲੜੇ ਤਾਂ ਅਰਜੁਨ ਵਰਗਾ ਯੋਧਾ, ਪਰ ਸ਼ਸਤਰ ਸੁੱਟਣੇ ਪੈ ਗਏ ਨਾ। ਅਭਿਮਨਿਊ ਦੀ ਜਦੋਂ ਮੌਤ ਦੇਖੀ, ਰੋ ਪਿਆ, ਤੜਫ ਉੱਠਿਆ, ਕਿੱਡਾ ਵੱਡਾ ਬਲੀ ਸੀ, ਯੋਧਾ ਸੀ ਅਭਿਮਨਿਊ ਵੀ, ਅਰਜੁਨ ਵੀ, ਨਾਲ ਉਹਨਾਂ ਦੇ ਉਸ ਸਮੇਂ ਦੇ ਕ੍ਰਿਸ਼ਨ ਜੀ ਜੋ ਅਵਤਾਰ ਮੰਨੇ ਜਾਂਦੇ ਸਨ, ਲੋਕ ਅੱਜ ਵੀ ਉਹਨਾਂ ਦੀ ਪੂਜਾ ਕਰਦੇ ਹਨ। ਪਰ ਉਸ ਸਮੇਂ ਜੇ ਬੰਦਾ ਆਪਣੇ ਬਲ ਨਾਲ ਲੜੇ ਤਾਂ ਫਿਰ ਇਹੀ ਕੁਝ ਵਾਪਰਦਾ। ਪਰ ਜਦੋਂ ਜੰਗਾਂ ਯੁੱਧਾਂ ਵਿੱਚ ਜਾਈਏ ਤਾਂ ਗੁਰੂ ਕੇ ਸਿੰਘਾਂ ਨੂੰ ਹੁਕਮ ਹੈ, ਗੁਰੂ ਕੇ ਸਿੱਖ ਨੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ। ਖਾਲਸਾ ਜੀ, ਗੁਰੂ ਫਿਰ ਫਤਿਹ ਪਾਉਂਦਾ ਹੈ, ਜਿੱਤ ਪ੍ਰਾਪਤ ਹੁੰਦੀ ਹੈ, ਇਹ ਦੱਸ ਰਹੇ ਹਨ ਜੀ। ਬਹੱਤਰੀ ਪਾਲ ਕੀ ਪਾਲ, ਸਿੱਖ ਸਦਾ ਸੁਖਾਲ। ਅੱਗੇ ਹੁਣ 72ਵੀਂ ਅਰਦਾਸ ਦਾ ਜ਼ਿਕਰ ਕਰ ਰਹੇ ਨੇ। ਗੁਰੂ ਕਾ ਸਿੱਖ, ਦੇਖੋ ਕਿੱਡੀ ਵੱਡੀ ਹਲੀਮੀ ਗੁਰੂ ਜੀ ਨੇ ਦੱਸੀ ਕਲਗੀਧਰ ਮਹਾਰਾਜ ਨੇ, ਕਿ ਹਰੇਕ ਸਮੇਂ ਵਿੱਚ, ਹਰੇਕ ਵਕਤ ਵਿੱਚ ਗੁਰੂ ਕੇ ਸਿੱਖ ਨੇ ਅਰਦਾਸ ਦਾ ਪੱਲਾ ਨਹੀਂ ਛੱਡਣਾ। ਜੇ ਪਾਲਕੀ 'ਤੇ ਬੈਠਣਾ ਹੈ, ਪਾਲਕੀ ਕਿਹੜਾ ਆਮ ਬੰਦਾ ਚੜ੍ਹ ਸਕਦਾ ਸੀ, ਸਾਧ ਸੰਗਤ ਆਮ ਲੋਕ ਤਾਂ ਕੁਹਾਰਾਂ ਨੂੰ ਲੈ ਨਹੀਂ ਸੀ ਸਕਦੇ, ਉਹਨਾਂ ਦਾ ਖਰਚਾ ਦੇਣਾ ਪੈਂਦਾ ਸੀ, ਪਾਲਕੀ ਚੁੱਕਣ ਵਾਲੇ ਵੀ ਕੰਮ ਸੇ ਕੰਮ ਚਾਰ ਜਣੇ, ਬਹੁਤਾ ਦੂਰ ਹੁੰਦਾ ਅਤੇ ਬਦਲ ਬਦਲ ਕੇ ਚੁੱਕਿਆ ਕਰਦੇ ਸਨ, ਅੱਠ ਜਣੇ ਹੋਇਆ ਕਰਦੇ। ਗੁਰੂ ਜੀ ਕਹਿਣ ਲੱਗੇ, ਪਾਲਕੀ ਚੜ੍ਹਨ ਵੇਲੇ ਅਰਦਾਸ ਕਰੇ ਮਹਾਰਾਜ ਜੀ ਦੇ ਅੱਗੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਕੀ ਲਿਖਿਆ ਜੀ, ਬੱਤਰੀ ਪਾਲ ਕੀ ਪਾਲ, ਸਿੱਖ ਸਦਾ ਸੁਖਾਲ, ਕਿ ਮਹਾਰਾਜ ਪਾਲਕੀ 'ਤੇ ਚੜ੍ਹਨ ਲੱਗਿਆ ਤੁਸੀਂ ਪਾਲਣਾ ਕਰਨੀ, ਬੈਠਣ ਲੱਗਿਆਂ ਬੈਠੇ ਹਾਂ, ਇਹ ਤੁਹਾਡੀ ਦਿੱਤੀ ਦਾਤ ਹੈ, ਅਸੀਂ ਉੱਤੇ ਚੜ੍ਹ ਰਹੇ ਹਾਂ, ਤੁਹਾਡੀਆਂ ਦਾਤਾਂ ਨੇ, ਪਾਲਕੀ 'ਤੇ ਬੈਠੇ ਹਾਂ, ਤੁਸੀਂ ਧੰਨ ਦਿੱਤਾ, ਇਸ ਤਰ੍ਹਾਂ ਦੀ ਯੁਕਤੀ ਬਣਾਈ ਹੈ, ਅੱਜ ਗੁਰੂ ਕਾ ਸਿੱਖ ਪਾਲਕੀਆਂ 'ਤੇ ਸਵਾਰ ਹੋ ਰਿਹਾ ਹੈ, ਅਤੇ ਤੁਸੀਂ ਆਪਣੇ ਸਿੱਖਾਂ ਦੀ ਪਾਲਣਾ ਕਰਨੀ, ਰੱਖਿਆ ਕਰਨੀ। ਮਹਾਰਾਜ ਕਹਿੰਦੇ, ਇਹ ਵੀ ਅਰਦਾਸ ਕਰਿਆ ਕਰੋ, ਅੱਜ ਵੀ ਗੱਡੀਆਂ 'ਚ ਤੁਸੀਂ ਬਹਿੰਦੇ ਤਰ੍ਹਾਂ ਤਰ੍ਹਾਂ ਦੀਆਂ, ਜਹਾਜ਼ਾਂ ਦੇ ਝੂਟੇ ਲੈਂਦੇ, ਗੁਰੂ ਦਾ ਸ਼ੁਕਰਾਨਾ ਕਰਿਆ ਕਰੋ, ਸਾਧ ਸੰਗਤ ਅਰਦਾਸ ਕਰਿਆ ਕਰੋ ਕਿ ਗੁਰੂ ਨੇ ਬਖਸ਼ੀਆਂ ਨੇ ਦਾਤਾਂ ਸਰਦਾਰੀਆਂ, ਇਹ ਮਹਾਰਾਜ ਦੇ ਸਦਕੇ ਹਨ, ਸ਼ੁਕਰਾਨੇ ਵਿੱਚ ਜੀਵੀਏ ਜੀ। 73 ਪਾਪ ਪੇਲ ਤਰਕ ਤੇਲ ਪੀੜਨ ਮਹਿ। ਹਾਂ, ਹੁਣ 73 ਦੇਖੋ,
ਕਿੰਨੀਆਂ ਕਮਾਲ ਦੀਆਂ ਗੱਲਾਂ ਕਲਗੀਧਰ ਮਹਾਰਾਜ ਨੇ ਦੱਸ ਦਿੱਤੀਆਂ। ਬਿਸੰਬਰ ਦਾਸ ਨਾਮੇ ਇਸ ਗੁਰਸਿੱਖ ਨੂੰ ਜਿਹੜਾ ਉਜੈਨ ਦਾ ਰਹਿਣ ਵਾਲਾ ਹੈ ਉਹਨੂੰ ਦੱਸ ਰਹੇ ਆ। ਕਹਿੰਦੇ ਕਈ ਵਾਰ ਤੁਸੀਂ ਉੱਥੇ ਰਹਿੰਦੇ ਹੋ ਇਲਾਕੇ ਵਿੱਚ ਉਜੈਨ ਵਿੱਚ, ਕਈ ਤਰ੍ਹਾਂ ਦੇ ਬੰਦੇ ਮਿਲਣਗੇ, ਕਈ ਫਕੀਰ ਮਿਲਣਗੇ, ਕਈ ਇਸ ਤਰ੍ਹਾਂ ਦੇ ਪਖੰਡੀ ਮਿਲਣਗੇ, ਕਈ ਬ੍ਰਾਹਮਣ ਮਿਲ ਜਾਣਗੇ। ਤੁਹਾਨੂੰ ਆਖਣਗੇ ਜੀ ਅਸੀਂ ਤੁਹਾਡਾ ਹੱਥ ਦੇਖ ਕੇ ਟੇਵਾ ਲਾ ਕੇ ਦੱਸ ਦਿੰਦੇ ਹਾਂ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਡਾ ਭਵਿੱਖ ਕੀ ਹੈ, ਤੁਹਾਡੇ ਉੱਤੇ ਕਾਹਦਾ ਵਿਘਨ ਚੜ੍ਹਿਆ ਹੋਇਆ, ਤੁਹਾਡੇ ਉੱਤੇ ਕਿਹੜਾ ਗ੍ਰਹਿ, ਕਿਹੜਾ ਨਛੱਤਰ ਤੁਹਾਡਾ ਖਰਾਬ ਹੈ, ਕਿਹੜਾ ਗ੍ਰਹਿ ਤੁਹਾਡੇ ਉੱਤੇ ਪਲਟਿਆ ਹੋਇਆ। ਆਮ ਕਹਿੰਦੇ ਨਹੀਂ ਤੇਰੇ ਉੱਤੇ ਸ਼ਨੀ ਗ੍ਰਹਿ ਭਾਰੂ ਹੈ, ਤੇਰੇ 'ਤੇ ਫਲਾਣਾ ਭਾਰੂ ਹੈ। ਗੁਰੂ ਜੀ ਕਹਿੰਦੇ ਜੇ ਕੋਈ ਇੱਦਾਂ ਆਖੇ, ਆ ਕੇ ਆਖੇ ਕੀ ਕਹੇ, ਪਾਪ ਪੇਲ, ਵੀ ਤੇਰਾ ਪਾਪ ਕੱਟ ਦੇਵਾਂਗੇ ਅਸੀਂ, ਤੂੰ ਸਾਨੂੰ ਇਉਂ ਕਰ, ਕੀ ਕਰ, ਤਰਕ ਤੇਲ ਪੀੜਨ ਮੈਂ, ਤੂੰ ਤੇਲ ਦੇ ਦੇ, ਤਿਲ ਦੇ ਦੇ, ਜਿਉਂ ਵੰਡ ਦੇ, ਆਹ ਕਰਦੇ ਵਾਹ ਕਰਦੇ, ਕਿੰਨਾ ਕੁਛ ਲੈ ਲੈਂਦੇ। ਸਪੇਰੇ ਆ ਜਾਂਦੇ ਆ ਸਾਡੇ ਆਮ ਪਿੰਡਾਂ ਵਿੱਚ, ਚਲੇ ਜਾਂਦੇ ਆ ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਬੜਾ ਭੜਕਾਉਂ, ਭਰਮ ਵਿੱਚ ਪਾ ਲੈਂਦੇ ਆ, ਕਿੰਨਾ ਕੁਛ ਲੈ ਜਾਂਦੇ ਆ। ਚਲੋ ਕਿਸੇ ਨੂੰ ਗਰੀਬ ਨੂੰ ਦੇਣਾ ਮਾੜੀ ਗੱਲ ਨਹੀਂ ਹੈ, ਕੋਈ ਲਵੇ ਦੇ ਦਿਓ ਉਹਨੂੰ, ਪਰ ਗੱਲ ਇਹ ਹੈ ਭਰਮ ਵਿੱਚ ਪਾ ਕੇ ਜਾਵੇ, ਇੱਕ ਤਾਂ ਤੁਹਾਨੂੰ ਭਰਮ 'ਚ ਪਾ ਜਾਵੇ, ਦੂਜਾ ਤੁਹਾਡੇ ਘਰੋਂ ਸਮਾਨ ਲੈ ਜਾਵੇ, ਇਹ ਤਾਂ ਮਾੜੀ ਗੱਲ ਹੈ। ਕੋਈ ਤੁਹਾਨੂੰ ਉੱਤੇ ਚੁੱਕਦਾ, ਤੁਹਾਡਾ ਭਲਾ ਕਰਦਾ, ਉਹਨੂੰ ਦੇਣਾ ਚਾਹੀਦਾ, ਕੋਈ ਲੋੜਵੰਦ ਆ ਉਹਨੂੰ ਦੇਣਾ ਚਾਹੀਦਾ, ਇਸ ਗੱਲ ਵਿੱਚ ਕੋਈ ਤੂੰ ਆਪਣੇ ਧਰਮ ਨੂੰ ਮੰਨ, 20 ਵਾਰੀ ਮੰਨ, ਸਾਨੂੰ ਕੋਈ ਦਿੱਕਤ ਨਹੀਂ ਹੈ। ਜੇ ਕੋਈ ਇਸ ਤਰ੍ਹਾਂ ਬੰਦਾ ਆਵੇ ਉਹਨੂੰ ਆਖੋ ਤੂੰ ਹਿੰਦੂਇਜ਼ਮ ਨੂੰ ਮੰਨਣ ਵਾਲਾ ਮੰਨੀ ਜਾ, ਤੇਰੇ ਧਰਮ ਵਿੱਚ ਇਹ ਚੀਜ਼ਾਂ ਜਾਇਜ਼ ਹੋਣਗੀਆਂ, ਗ੍ਰਹਿ ਨਛੱਤਰ ਅਤੇ ਆਦਿਕ ਇਹ ਬੰਦੇ ਦਾ ਨੁਕਸਾਨ ਕਰ ਸਕਦੇ ਹੋਣਗੇ, ਠੀਕ ਹੈ, ਪਰ ਗੁਰੂ ਕੇ ਸਿੱਖ 'ਤੇ ਇਹ ਮੰਨਦੇ ਆ ਕਿ ਕੋਈ ਤਿਲਾਂ ਦੇ ਨਾਲ, ਤੇਲ ਦੇਣ ਦੇ ਨਾਲ ਜਾਂ ਕੋਈ ਹੋਰ ਚੀਜ਼ਾਂ ਨਾਲ ਨਹੀਂ, ਇਹ ਤਾਂ ਅਰਦਾਸ ਗੁਰੂ ਅੱਗੇ ਕੀਤੀ ਆ। ਇਹ ਚੀਜ਼ਾਂ ਹੋਵੇ ਵੀ ਪਹਿਲਾਂ ਤਾਂ ਗੁਰੂ ਕਾ ਸਿੱਖ ਕਹਿੰਦਾ ਵੀ ਜੋ ਹੋਏਗਾ ਦੇਖੀ ਜਾਏਗੀ, ਭਾਣੇ ਵਿੱਚ ਚੱਲਦਾ, ਪਰ ਅਗਰ ਅਸੀਂ ਹੋਵੇ ਵੀ ਤਾਂ ਗੁਰੂ ਕਾ ਸਿੱਖ ਅਰਦਾਸ 'ਤੇ ਯਕੀਨ ਰੱਖਦਾ ਹੈ, ਜੋ ਵੀ ਹੋਵੇ ਅਰਦਾਸ ਕਰਨੀ ਹੈ ਉਸ ਸਮੇਂ ਵੀ। 74 ਬਰਨ ਕਾ ਆਗਮ ਅਤੁਲ ਜਲ ਰਾਗਮ, ਅੱਗੇ ਹੁਣ ਇਹ ਜਿਹੜੀ ਅਰਦਾਸ ਹੈ 74ਵੀਂ ਮਤਲਬ ਆ ਰਹੀ ਹੈ, ਇਹ ਪੁਰਾਣੇ ਟਾਈਮਾਂ ਵਿੱਚ ਨਾ ਜੀ ਦਰਿਆ ਜਦੋਂ ਹੁੰਦੇ ਸੀ, ਚੜ੍ਹਦੇ ਸੀ, ਜਲ ਨੇ ਉੱਤੇ ਚੜ੍ਹ ਜਾਣਾ, ਅਤੁਲ ਜਲ ਰਾਗਮ, ਅਤੇ ਜਦੋਂ ਪਾਣੀ ਨੇ ਉੱਤੇ ਚੜ੍ਹ ਜਾਣਾ, ਸਲਾਬ ਹੁੰਦੀ ਸੀ, ਸਲਾਬ ਨਾਲ ਖੇਤੀਆਂ ਅੱਗੇ ਫਿਰ ਫਸਲ ਹੁੰਦੀ ਸੀ, ਉੱਥੋਂ ਦੇ ਸਿੱਖ ਜਦ ਰੁੱਤ ਆਵੇ ਤਾਂ ਪਾਣੀ ਦੇ ਚੜ੍ਹਨ ਦੇ ਲਈ ਅਰਦਾਸ ਕਰਦੇ ਸਨ ਗੁਰੂ ਦੇ ਅੱਗੇ ਕਿ ਮਹਾਰਾਜ ਕਿਰਪਾ ਕਰੋ, ਵਰਖਾ ਪਈ ਹੈ ਚੜ੍ਹਿਆ ਰਹੇ, ਪਾਣੀ ਆਵੇ ਉੱਤੇ, ਬਰਸਾਤ ਪਵੇ ਤਾਂ ਕਿ ਸਲਾਬ ਆਵੇ, ਖੇਤੀ ਜਿਹੜੀ ਜ਼ਮੀਨ ਹੈ ਇਹ 'ਚ ਨਮੀ ਹੋਵੇ, ਇਹਦੇ ਨਾਲ ਕੀ ਹੈ ਜਿਹੜਾ ਬੀਜ ਹੈ ਇਹਦੇ ਨਾਲ ਅੰਕੁਰਿਤ ਹੋਵੇ,
ਮਹਾਰਾਜ ਕਹਿੰਦੇ ਅਰਦਾਸ ਬੇਨਤੀ ਕਰੋ। ਕਿੱਡੀ ਵੱਡੀ ਗੱਲ ਹੈ, ਹੁਣ ਬਹੁਤ ਗਹਿਰੀ ਗੱਲ ਹੈ। ਇਹਦੇ ਵਿੱਚ ਆਮ ਲੋਕ ਇੰਦਰ ਦੇਵਤੇ ਦੇ ਹਵਨ ਕਰਦੇ, ਜੱਗ ਕਰਦੇ, ਕੀ ਕੁਝ ਕਰਦੇ, ਪਰ ਮਹਾਰਾਜ ਨੇ ਆਖਿਆ ਵੀ ਨਾ, ਇਹ ਸਭ ਕੁਝ ਵਾਹਿਗੁਰੂ ਦੇ ਹੱਥ ਹੈ। ਮੀਂਹ ਵੀ ਪਵੇ, ਵਰਖਾ ਵੀ ਹੋਵੇ, ਦਰਿਆ ਪਾਣੀ ਵਗਦਾ ਹੋਵੇ, ਇਹ ਵਾਹਿਗੁਰੂ ਦੇ ਪੈ ਵਿੱਚ ਚੱਲਦਾ। ਪੈ ਵਿੱਚ ਚੱਲਦਾ ਲੱਖ ਦਰਿਆ, ਉਹ ਬਾਣੀ ਵਿੱਚ ਲਿਖਿਆ। ਮੀਂਹ ਪੈਂਦਾ ਤਾਂ ਮੀਂਹ ਵੀ ਮੀਂਹ ਪਿਆ, ਪਰਮੇਸ਼ੁਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਅਰਦਾਸ ਕਰੀਏ, ਉਦੋਂ ਵੀ ਲੋੜ ਹੋਵੇ, ਕਿਹੜੇ ਵੇਲੇ ਵੀ ਕਰ ਲਓ ਅਰਦਾਸ। ਅਰਦਾਸ ਹੁਣ 101 ਤਾਂ ਆਪਾਂ ਕਰੇ ਰਹੇ ਹਾਂ, ਲਗਭਗ ਇਨਸਾਨੀ ਜ਼ਿੰਦਗੀ ਦੀਆਂ ਜਿੰਨੀਆਂ ਕੁ ਲੋੜਾਂ ਨੇ ਸਾਰੀਆਂ ਵੇਲੇ ਅਰਦਾਸਾਂ ਮਹਾਰਾਜ ਨੇ ਦੱਸ ਦਿੱਤੀਆਂ। ਪਰ ਉਂਝ ਭਾਵੇਂ ਤੁਸੀਂ ਕਿਹੜੇ ਮਰਜ਼ੀ ਸਮੇਂ ਕੁਛ ਵੀ ਹੋਵੇ ਉਦੋਂ ਵੀ ਅਰਦਾਸ ਕਰਦੇ ਕਰ ਸਕਦੇ ਹਾਂ। ਇੱਕ ਤਰੀਕਾ ਦੱਸਿਆ ਵੀ ਅਰਦਾਸ ਕਰ ਸਕਦੇ ਹਾਂ ਇਸ ਤਰੀਕੇ ਨਾਲ ਵੀ, ਇਹ ਦੱਸਿਆ ਹੈ। ਪਛੱਤਰੀ ਸਿਰ ਮੁਕਟ ਕੀ ਲਾਜ ਬਿਰਧ ਤਬ ਸਾਜ। ਅੱਗੇ 75ਵੀਂ ਅਰਦਾਸ ਦੱਸੀ ਹੈ। ਕਹਿੰਦੇ ਰਾਜਾ ਹੋਵੇ, ਆਹਾ ਗੁਰੂ ਅੱਗੇ ਬੇਨਤੀ ਕਰੇ, ਜੇ ਸਿਰ 'ਤੇ ਰਾਜ ਮਿਲ ਜੇ ਨਾ। ਅੱਜ ਕੱਲ੍ਹ ਤਾਂ ਹੁਣ ਚਲੋ ਕਹਿਣਾ ਹੀ ਕਹਿ ਸਕਦੇ ਹਾਂ, ਗੱਲਾਂ ਹੋਰ ਕੀ ਕਰ ਸਕਦੇ ਹਾਂ। ਥੋੜ੍ਹੀ ਜਿਹੀ ਕੋਈ ਚੌਧਰ ਮਿਲੇ ਅਤੇ ਸੋਚਦੇ ਆ ਵੀ ਪਹਿਲਾਂ ਗੁਰੂ ਪੱਖ ਕਦੋਂ ਛੱਡ ਦੇਈਏ, ਆਹ ਗੁਰੂ ਵਾਲਾ ਜਿਹੜਾ ਸਾਡੇ ਉੱਤੇ ਟੈਗ ਲੱਗਿਆ ਹੋਇਆ ਗੁਰਸਿੱਖੀ ਵਾਲਾ ਲੱਥ ਕਿਉਂ ਨਾ ਜਾਵੇ, ਕਿਉਂਕਿ ਦੂਜੇ ਲੋਕਾਂ ਨੂੰ ਜੋ ਖੁਸ਼ ਕਰਨਾ। ਫਿਰ ਜੇ ਗੁਰਸਿੱਖਾਂ ਜੇ ਕਕਾਰ ਪਾ ਕੇ ਜੇ ਕਕਾਰ ਲਾਉਂਦੇ ਆ ਜਾਂ ਹੋਰ ਪਾਸੇ ਛੱਡਦੇ ਆ ਤਾਂ ਫਿਰ ਸਿੱਖਾਂ ਤੋਂ ਵੀ ਡਰ ਲੱਗਦਾ, ਸਿੱਖ ਨਾ ਦੂਰ ਹੋ ਜਾਣ। ਫਿਰ ਕੀ ਕਰਦੇ, ਗੁਰੂ ਦੀ ਪਰਵਾਹ ਹੀ ਛੱਡ ਦਿੰਦੇ, ਫਿਰ ਕਕਾਰਾਂ ਨੂੰ ਵੀ ਲਈ ਫਿਰਦੇ ਆ, ਕਿਤੇ ਚਾਦਰਾਂ ਚੜ੍ਹਾਉਂਦੇ ਫਿਰਦੇ ਆ, ਕਿਤੇ ਦੁਆਵਾਂ ਕਰਾਉਂਦੇ ਫਿਰਦੇ ਆ, ਕਿਤੇ ਜੈਨੀਆਂ ਕੋਲ, ਕਿਤੇ ਬੋਧੀਆਂ ਕੋਲ, ਕਿਤੇ ਮੁਸਲਮਾਨ ਫਕੀਰਾਂ ਕੋਲ, ਕਿਤੇ ਚਾਦਰਾਂ ਚੜ੍ਹਾਉਂਦੇ ਫਿਰਦੇ ਆ। ਦੇਖੋ ਸਾਰੇ ਧਰਮ ਚੰਗੇ ਆ, ਸਾਨੂੰ ਕਿਸੇ ਨਾਲ ਕੋਈ ਨਫ਼ਰਤ ਈਰਖਾ ਨਹੀਂ ਹੈ, ਜਾਣਾ ਵੀ ਚਾਹੀਦਾ। ਚਲੋ ਚਲੇ ਜਾਓ, ਮੰਦਰ ਮਸਜਿਦ ਮਾੜੀ ਨਹੀਂ, ਪਰ ਜੇ ਗੁਰੂ ਕਾ ਸਿੱਖ ਹੈ ਉਹ ਆਪਣੀ ਅਰਦਾਸ ਆਪਣੀ ਦੁਆ ਆਪਣੇ ਗੁਰੂ ਅੱਗੇ ਹੀ ਕਰ ਸਕਦਾ। ਇਹ ਨਹੀਂ ਕਿ ਮੰਦਰ ਮਾੜਾ ਹੁੰਦਾ, ਮਸਜਿਦ ਮਾੜੀ ਹੁੰਦੀ, ਸਭ ਰੱਬ ਦੇ ਘਰ ਨੇ, ਠੀਕ ਹੈ। ਪਰ ਸਾਡੇ ਲਈ ਸਾਡਾ ਘਰ ਸਾਡਾ ਰਸਤਾ ਗੁਰੂ ਨਾਨਕ ਦਾ ਘਰ ਹੈ, ਬਸ ਇੰਨੀ ਗੱਲ। ਜਾਓ ਜਿੱਥੇ ਮਰਜ਼ੀ, ਹੋਰ ਵੀ ਤਾਂ ਆਉਂਦੇ ਆ। ਹੁਣ ਦੇਖੋ ਤੁਸੀਂ ਦੂਜੇ ਧਰਮਾਂ ਦੇ ਲੋਕ ਵੀ ਤਾਂ ਗੁਰਦੁਆਰੇ ਆਉਂਦੇ ਹੀ ਆਉਂਦੇ ਹੈ, ਚਲ ਮੱਥਾ ਟੇਕ ਜਾਂਦੇ ਆ, ਉਹਨਾਂ ਦੀ ਸ਼ਰਧਾ। ਪਰ ਕੋਈ ਇਹ ਤਾਂ ਨਹੀਂ ਵੀ ਉਹ ਜ਼ਿਆਦਾ ਸਾਡੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਉਹੋ ਜੀ ਅੰਮ੍ਰਿਤੇ ਛਕ ਲੈਂਦਾ ਹੈ ਜੀ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਜਾਂਦਾ, ਜਾਓ ਸਹਿਜ ਪਾਠ ਆਰੰਭ ਕਰ ਲੈਂਦਾ, ਕਰ ਲਵੇ ਸਾਨੂੰ ਕੋਈ ਦਿੱਕਤ ਨਹੀਂ, ਇਤਰਾਜ਼ ਤਾਂ ਕੋਈ ਤੁਹਾਨੂੰ ਵੀ ਨਹੀਂ ਕਰਦਾ ਕੋਈ ਮੰਦਰ 'ਚ ਮੱਥੇ ਟੇਕਦੇ ਲੋਕ। ਪਰ ਬਣਦੀ ਨਹੀਂ ਇਹ ਗੱਲ ਸਿੱਖਾਂ ਲਈ ਤਾਂ ਵਿਸ਼ੇਸ਼ ਕਰਕੇ, ਉਨ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਥਾਂ ਥਾਂ 'ਤੇ ਮੱਥੇ ਟੇਕਦੇ ਫਿਰਦੇ ਆ, ਸਿਰ ਘਸਾਉਂਦੇ ਫਿਰਦੇ ਆ। ਪਰ ਸਿੱਖ ਦੀ ਜ਼ਿੰਦਗੀ 'ਤੇ ਇਸ ਚੀਜ਼ ਦਾ ਬੜਾ ਵੱਡਾ ਅਸਰ ਪੈਂਦਾ ਹੈ, ਬਹੁਤ ਵੱਡਾ ਅਸਰ ਹੈ, ਫਰਕ ਪੈਂਦਾ ਹੈ। ਥਾਂ ਥਾਂ 'ਤੇ ਗੁਰੂ ਕਾ ਸਿੱਖ ਅਰਦਾਸਾਂ ਬੇਨਤੀਆਂ ਨਾ ਕਰਾਵੇ, ਉਹ ਤਾਂ ਜੇ ਰਾਜ ਭਾਗ ਮਿਲੇ ਨਾ, ਸਿਰ ਮੁਕਟ ਕੀ ਲਾਜ, ਸਿਰ 'ਤੇ ਮੁਕਟ ਰੱਖਿਆ ਨਾ ਜਿਹੜਾ ਬਾਦਸ਼ਾਹਤ ਦਾ ਜਾਂ ਦਸਤਾਰ ਦਾ ਸਰਦਾਰੀ ਦਾ, ਇਹਦੀ ਬੇਨਤੀ ਕਰੇ, ਇਹਦੀ ਲਾਜ ਤੁਸੀਂ ਰੱਖਣੀ ਕਲਗੀਧਰ ਪਾਤਸ਼ਾਹ, ਇੱਜ਼ਤ ਰੱਖਿਓ ਜਿਹੜੀ ਮੈਂ ਦਸਤਾਰ ਬੰਨ੍ਹਦਾ, ਇਹਨੂੰ ਸ਼ੀਸ਼ੇ ਵੱਲ ਦੇਖ ਕੇ ਮਹਾਰਾਜ ਅੱਗੇ ਬੇਨਤੀ ਕਰਿਆ ਕਰੋ, ਮੈਂ ਜਿਹੜੀ ਦਸਤਾਰ ਬੰਨ੍ਹਦਾ ਤੁਹਾਡੀ ਹੈ, ਦਾਗ ਨਾ ਲੱਗ ਜੇ।
ਮੇਰੀ ਪੱਗ ਨੂੰ, ਮੇਰੇ ਪਿਓ ਦੀ ਪੱਗ ਨੂੰ। ਬੱਚਿਆਂ ਨੇ ਵੀ ਦੇਖਣਾ, ਮੇਰੀ ਵੀ ਦਸਤਾਰ ਹੈ, ਮੇਰੇ ਪਿਓ ਦੀ ਵੀ ਦਸਤਾਰ ਹੈ। ਕੋਈ ਕਹਿ ਨਾ ਦੇਵੇ ਦੇਖੋ ਜੀ ਇਹਨੇ ਕਿਸ ਤਰ੍ਹਾਂ ਦਾ ਕੰਮ ਕੀਤਾ, ਇਹ ਕਿਸ ਤਰ੍ਹਾਂ ਦਾ ਬੱਚਾ ਹੈ, ਕਿਸ ਤਰ੍ਹਾਂ ਦਾ ਲੜਕਾ, ਕਿਸ ਤਰ੍ਹਾਂ ਦੀ ਲੜਕੀ ਹੈ। ਊਂ ਤਾਂ ਦਸਤਾਰ ਵਾਲੇ ਆ ਇਹ, ਫਿਰ ਦਸਤਾਰ ਬੁਰੀ ਲੱਗਣ ਲੱਗ ਜਾਂਦੀ ਬਹੁਤੇ ਲੋਕਾਂ ਨੂੰ, ਫਿਰ ਦਸਤਾਰ ਲਾਉਣ ਨੂੰ ਫਿਰਦੇ ਆ ਜ਼ਿਆਦਾ ਲੋਕ। ਬੱਚੇ ਬੱਚੀਆਂ ਦਸਤਾਰ ਤੋਂ ਕਿਉਂ ਭੱਜਦੇ? ਕਿਉਂਕਿ ਜਿਹੜਾ ਮੁਕਟ ਹੈ, ਦਸਤਾਰ ਹੈ, ਇਹ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਕਿਤੇ ਬੱਸ 'ਚ ਬੈਠੇ ਹੋ, ਕੋਈ ਗਲਤ ਕੰਮ ਕਰਦੇ ਹੋ, ਕੋਈ ਨਸ਼ਾ ਕਰਦੇ ਹੋ, ਹਾਸਾ ਮਜ਼ਾਕ ਕਰਦੇ ਹੋ, ਕਿਸੇ ਧੀ ਭੈਣ ਨੂੰ ਪਰੇਸ਼ਾਨ ਕਰਦੇ ਹੋ, ਤਾਂ ਦੇਖਣ ਵਾਲਾ ਵੀ ਕਹਿੰਦਾ ਸ਼ਰਮ ਕਰ, ਕਿੰਨਾ ਸੋਹਣਾ ਸਰੂਪ ਤੈਨੂੰ ਦਿੱਤਾ ਹੈ ਦਸਤਾਰ ਵਾਲਿਆਂ ਨੂੰ। ਇਹ ਦਸਤਾਰਾਂ ਵਾਲੇ, ਇਹ ਤਾਂ ਲੋਕਾਂ ਦੀਆਂ ਇੱਜ਼ਤਾਂ, ਲੋਕਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਬਚਾਉਂ, ਦੁੱਖਾਂ ਤਕਲੀਫਾਂ ਤੋਂ ਲੋਕਾਂ ਤੋਂ ਬਚਾਉਂਦੇ ਆ, ਲੋਕਾਂ ਨੂੰ ਬੁਰਾਈਆਂ ਤੋਂ, ਬੁਰਿਆਂ ਤੋਂ। ਤੂੰ ਆਪ ਕਰਦਾ ਦੇਖੋ ਕਿੱਡੀ ਵੱਡੀ ਗੱਲ ਹੁੰਦੀ। ਕਹਿੰਦੇ ਬੇਨਤੀ ਕਰਿਆ ਕਰੋ ਮੁਕਟ ਦੀ, ਮੇਰੇ ਦੀ ਲਾਜ ਤਾਂ ਬਿਰਧ ਤਾਂ ਵਸਾਜ, ਤੇਰਾ ਬਿਰਧ, ਤੇਰਾ ਸੁਭਾਅ ਹੈ ਮੇਰੇ ਮਾਲਕਾ, ਤੇਰਾ ਸੁਭਾਅ ਹੈ। ਇਹ ਵਾਹਿਗੁਰੂ ਦੇ ਸੁਭਾਅ 'ਚ ਹੈ ਗੁਰੂ ਦੇ, ਕਿ ਆਪਣੇ ਬੱਚਿਆਂ ਦੀ, ਸਿੱਖਾਂ ਦੀ ਲਾਜ ਰੱਖਦਾ ਹੈ। ਇੱਥੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸਾਂ ਦੱਸੀਆਂ 75, ਅੱਗੇ 26 ਅਰਦਾਸਾਂ ਹੋਰ ਆਉਣਗੀਆਂ। ਕੁਝ ਕੁ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਉਹਨੂੰ ਮਿਸੰਬਰ ਦਾਸ ਨੂੰ ਅਤੇ ਹੋਰ ਜਿੰਨੇ ਸਿੱਖ ਸੀ ਉਹਦੇ ਬੈਠੇ, ਉਹਦਾ ਪੁੱਤਰ ਹਰਗੋਪਾਲ ਅਤੇ ਹੋਰ, ਉਹਨਾਂ ਨੂੰ ਕੁਝ ਰਹਿਤਾਂ ਵੀ ਦੱਸੀਆਂ ਨਾਲੋਂ ਨਾਲ, ਦੋ ਚਾਰ ਹੋਰ ਗੱਲਾਂ ਵੀ ਕੀਤੀਆਂ ਜਿਹੜੀਆਂ ਗੁਰੂ ਜੀ ਨੇ ਦੱਸੀਆਂ, ਉਹ ਵੀ ਨਾਲੋਂ ਨਾਲ ਸੁਣ ਲਓ ਕਿਉਂਕਿ ਇਸ ਅਧਿਆਏ ਵਿੱਚ ਆ ਗਈਆਂ ਨੇ, ਉਹ ਆਪ ਜੀ ਸੁਣੋ। ਵੈਸੇ ਮੈਂ ਇੱਕ ਅਗਲੀ ਤੋਂ ਬਾਅਦ ਇੱਕ ਹੋਰ ਭਾਗ ਬਣਾਵਾਂਗਾ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਜੀਵਨ ਦੀਆਂ ਕੁਝ ਨੀਤੀਆਂ ਦੱਸੀਆਂ, ਕਿਵੇਂ ਜਿਉਣਾ ਹੈ, ਕਿਹੜੇ ਕਿਹੜੇ ਕਰਮ ਕਰਨੇ ਆ, ਉਹ ਅੱਗੇ ਭਾਗ ਬਣਾਵਾਂਗੇ। ਇਹ ਕੁਝ ਦੱਸਿਆ ਹੈ, ਸੁਣੋ ਜੀ। ਦੋਹਰਾ ਸਿੱਖ ਸਖਾ ਸੁੱਤ ਸਿੱਖ ਮਮ ਸਿੱਖ ਹਮਾਰਾ ਧਿਆਨ। ਦੇਖੋ ਗੁਰੂ ਜੀ ਨੇ ਕਿੱਡੀ ਗੱਲ ਦੱਸੀ, ਕਹਿੰਦੇ ਭਾਈ ਸਿੱਖ ਮੇਰਾ ਆਪਣਾ ਸਖਾ ਹੈ, ਮੈਨੂੰ ਮੇਰੇ ਰਿਸ਼ਤੇਦਾਰ ਨਹੀਂ ਪਿਆਰੇ, ਅਖੇ ਜੀ ਸੋਢੀ ਹੈ ਅਤੇ ਸੋਢੀ ਪਿਆਰੇ ਆ ਮੈਨੂੰ, ਜਾਂ ਗੁਰੂ ਨਾਨਕ ਸਾਹਿਬ ਜੀ ਅਖੇ ਜੀ ਬੇਦੀ ਸੀ ਜਾਂ ਬੇਦੀ ਪਿਆਰੇ ਸੀ ਜਾਂ ਭੱਲੇ ਪਿਆਰੇ ਸੀ, ਨਾ ਤ੍ਰੇਹਣ ਪਿਆਰੇ ਸੀ, ਕਿਤੇ ਇਤਿਹਾਸ 'ਚ ਕੱਢ ਦਿਉ ਲਿਆਓ ਕਿ ਗੁਰੂ ਜੀ ਨੇ ਇਸ ਕਰਕੇ ਉਹਨਾਂ ਨੂੰ ਨੇੜੇ ਲਾ ਲਿਆ, ਅਖੇ ਜੀ ਮੇਰੇ ਬਰਾਦਰੀ ਦੇ ਆ, ਮੇਰੀ ਜਾਤੀ ਦੇ ਆ, ਮੇਰੇ ਰਿਸ਼ਤੇਦਾਰ ਆ, ਨਾ। ਗੁਰੂ ਜੀ ਨੇ ਸਿੱਖੀ ਦੇਖੀ, ਜਿਹਨੂੰ ਵੀ ਦੇਖਿਆ, ਭਾਈ ਲੈਣੇ ਨੂੰ ਗਲ ਨਾਲ ਲਾਇਆ, ਅੰਗਦ ਬਣਾਇਆ, ਕੀ ਦੇਖਿਆ? ਸਿੱਖੀ ਦੇਖੀ, ਆਪਣਾ ਹੀ ਰੂਪ ਬਣਾ ਲਿਆ, ਗੁਰੂ ਅੰਗਦ ਦੇਵ ਸਾਹਿਬ ਬਣਾਇਆ। ਜਦੋਂ ਉਹਨਾਂ ਨੇ ਬਾਬਾ ਅਮਰਦਾਸ ਜੀ ਨੂੰ ਬਣਾਇਆ, ਉਹਨਾਂ ਨੇ ਵੀ ਨਾ ਦਾਤੂ ਨੂੰ, ਨਾ ਦਾਸੂ ਨੂੰ, ਆਪਣੇ ਪੁੱਤਰਾਂ ਨੂੰ, ਨਾ ਅੱਗੇ ਗੁਰੂ ਅਮਰਦਾਸ ਜੀ ਨੇ ਵੀ, ਨਾ ਮੋਹਨ ਜੀ ਨੂੰ, ਨਾ ਮੋਹਰੀ ਜੀ ਨੂੰ, ਗੁਰੂ ਰਾਮਦਾਸ ਸਾਹਿਬ ਨੂੰ, ਇਸੇ ਤਰੀਕੇ ਦੇ ਨਾਲ। ਕਹਿੰਦੇ ਸਿੱਖ ਸਖਾ, ਸਿੱਖੇ ਮੇਰਾ ਆਪਣਾ ਸਖਾ ਹੈ, ਮੇਰਾ ਰਿਸ਼ਤੇਦਾਰ ਹੈ, ਸਮਝ ਲਓ। ਹੁਣ ਜਿੰਨੇ ਵੀ ਆਪਾਂ ਸੁਣ ਰਹੇ ਜਾਂ ਦੇਖ ਰਹੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਮੇਰੇ ਸਖੇ ਹੋ, ਆਪਣੇ, ਮੇਰੇ ਆਪਣੇ ਅਸਲ ਰਿਸ਼ਤੇਦਾਰ। ਅੱਗੇ ਸੁੱਤ ਸਿੱਖ ਮਾਂ, ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖ ਮੇਰਾ ਪੁੱਤ ਹੈ, ਮੇਰਾ ਬੱਚਾ ਹੈ, ਸਿੱਖ ਹਮਾਰਾ ਧਿਆਨ। ਕਹਿੰਦੇ ਆਪਾਂ ਤਾਂ ਕਹਿੰਦੇ ਮੇਰਾ ਗੁਰੂ 'ਚ ਧਿਆਨ ਰਹਿੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰਾ ਸਿੱਖਾਂ 'ਚ ਧਿਆਨ ਰਹਿੰਦਾ, ਮੇਰੇ ਸਿੱਖਾਂ 'ਚ ਮੇਰਾ ਹਰ ਵੇਲੇ ਖਿਆਲ ਰਹਿੰਦਾ, ਮੇਰੇ ਬੱਚੇ, ਮੇਰੇ ਪੁੱਤਰ, ਮੇਰੇ ਸਿੱਖ ਕੀ ਕਰ ਰਹੇ ਆ। ਆਪਾਂ ਨੂੰ ਤਾਂ ਲੋੜ ਹੈ ਨਾ ਧਿਆਨ ਦੀ, ਸਮਾਧੀਆਂ ਦੀ, ਮਨ ਟਿਕਾਉਣ ਦੀ। ਹੁਣ ਉਹਨਾਂ ਦੇ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਨੇ,
ਉਹਨਾਂ ਨੇ ਤਾਂ ਦੁਨੀਆ ਦੀ ਪਾਲਣਾ ਕਰਨੀ ਹੈ, ਰੱਖਿਆ ਕਰਨੀ ਹੈ। ਉਹ ਤਾਂ ਆਪ ਉਹ ਰੂਪ ਨੇ ਜਿਹਨਾਂ ਨੂੰ ਵੱਡੇ ਵੱਡੇ ਯੋਗੀ ਧਿਆਨੀ ਲੋਕ ਜਿਹਨਾਂ ਦੇ ਚਰਨਾਂ ਦਾ ਧਿਆਨ ਧਰਦੇ ਆ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਵੱਲ ਧਿਆਨ ਰੱਖਦਾ ਹਾਂ, ਇਸ ਤਰ੍ਹਾਂ ਦੱਸ ਰਹੇ ਹਨ। ਸੇਵੈ ਸਿੱਖ ਨਿਜ ਰੂਪ ਕੋ ਸਿੱਖ ਸੁੱਖਾਂ ਕੀ ਖਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖ ਹੈ ਜਿਹੜਾ ਨਾ, ਕਹਿੰਦੇ ਉਹ ਸੁੱਖਾਂ ਦੀ ਖਾਣ ਬਣਾਤਾ ਮੈਂ, ਉਹਨੂੰ ਸੁੱਖ ਖਤਮ ਨਹੀਂ ਹੋ ਸਕਦੇ ਸਿੱਖ ਦੀ ਜ਼ਿੰਦਗੀ 'ਚ। ਲੱਖ ਦੁਖੀ ਕੀਤਾ ਜਾਵੇ, ਲੱਖ ਦੁੱਖ ਆ ਜਾਣ, ਪਰ ਸਿੱਖ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਸੇਵਾ ਸਿੱਖ ਨਿਜ ਰੂਪ ਕਹੋ, ਕਹਿੰਦੇ ਆਪਣੇ ਰੂਪ ਦੀ ਸੰਭਾਲ।